ਬਰਤਾਨਵੀ ਸਾਮਰਾਜ ਦੀਆਂ ਕਲੋਨੀਆਂ ਤੋਂ ਡੋਮੀਨੀਅਨ ਦੇਸ਼ ਬਣੇ ਕੈਨੇਡਾ ਦੇ ਅੱਜ 146ਵੇਂ ਜਨਮ ਦਿਨ ਦੇ ਮੌਕੇ ਤੇ ਕੈਨੇਡਾ ਡੇ ਦੇ ਮੌਕੇ ਤੇ ਤੁਹਾਨੂੰ ਸਾਰਿਆਂ ਨੂੰ ਰੈਡ ਐਫ ਐਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਰੈਡ ਐਫ ਐਮ ਦੀ ਸਮੁੱਚੀ ਟੀਮ ਵੱਲੋਂ ਦਿਲੀ ਵਧਾਈ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਮੇਜ਼ਬਾਨ ਰਿਸ਼ੀ ਨਾਗਰ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਪ੍ਰੋਗਰਾਮ ਗੁੱਡ ਮਾਰਨਿੰਗ ਕੈਲਗਰੀ ਵਿੱਚ ਤੁਹਾਨੂੰ ਨਿੱਘੀ ਸਤਿਕਾਰ ਸਹਿਤ ਦਿਲੀ ਜੀ ਆਇਆਂ ਨੂੰ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਕਰਾਂਗੇ ਸਾਡੇ ਦੇਸ਼ ਦੇ ਰਾਸ਼ਟਰੀ ਗੀਤ ਦੀ ਧੁਨ ਨਾਲ 16 ਸਾਲ ਦਾ ਇੱਕ ਨੌਜਵਾਨ ਲੜਕਾ ਸ਼ੁਭਮਜੀਤ ਸਿੰਘ ਰਖੜਾ ਸਾਡੇ ਨਾਲ ਇਸ ਵੇਲੇ ਸਟੂਡੀਓ 'ਚ ਹੈ ਲੈਸਟਰ ਬੀ ਪੀਅਰਸਨ ਹਾਈ ਸਕੂਲ ਦਾ ਇਹ ਵਿਦਿਆਰਥੀ ਜਿਸ ਨੂੰ ਸੈਕਸੋਫੋਨ ਸਿੰਘ ਦੇ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਅੱਜ ਸਾਡੇ ਨਾਲ ਉਹ ਸਾਡੇ ਦੇਸ਼ ਦੇ ਨੈਸ਼ਨਲ ਐਂਥਮ ਉਹ ਕੈਨੇਡਾ ਦਾ ਗਾਇਨ ਕਰੇਗਾ ਸਾਡੇ ਰੈਡ ਐਫ ਐਮ ਦੇ ਲਿਸਨਰਸ ਜਦੋਂ ਕਿ ਅੱਜ 146ਵਾਂ ਬਰਥਡੇ ਮਨਾ ਰਹੇ ਨੇ ਸਾਡੇ ਦੇਸ਼ ਦਾ ਸ਼ੁਭਮਜੀਤ ਨੈਸ਼ਨਲ ਐਂਥਮ ਨਾਲ ਅੱਜ ਦੇ ਇਸ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕਰ ਰਹੇ ਨੇ ਦੀ ਸ਼ੁਰੂਆਤ ਵਿੱਚ ਅਸੀਂ ਆਪਣੇ ਰਾਸ਼ਟਰੀ ਗੀਤ ਦੇ ਧੁਨ ਨਾਲ ਸ਼ੁਰੂਆਤ ਕੀਤੀ ਗਈ ਅੱਜ ਦੀ ਇਸ ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਧੁਨ ਨਾਲ ਹੋਈ ਸ਼ੁਭਮਜੀਤ ਰਖੜਾ ਇੱਕ 16 ਸਾਲ ਦਾ ਨੌਜਵਾਨ ਸਾਡੇ ਨਾਲ ਅੱਜ ਸਟੂਡੀਓ 'ਚ ਹੈ ਜਿਸ ਨੇ ਲੈਸਟਰ ਬੀ ਪੀਅਰਸਨ ਸਕੂਲ ਦਾ ਵਿਦਿਆਰਥੀ 16 ਸਾਲ ਦੀ ਉਮਰ ਅਤੇ ਇਸ ਨੇ ਬੇਹੱਦ ਸ਼ਾਨਦਾਰ ਸੈਕਸੋਫੋਨ ਦੀ ਧੁਨ ਤੁਹਾਨੂੰ ਸੁਣਾਈ ਸਾਡੇ ਰਾਸ਼ਟਰੀ ਗੀਤ ਦੀ ਸ਼ੁਭਮਜੀਤ ਜੀ ਆਨ ਵੈਲਕਮ play my favorite one, Chura Liya Hai.
ਸੋ ਅਸੀਂ ਜਿਹੜੀ ਹੈਰਾਨੀ ਦੀ ਗੱਲ ਇਹ ਆ ਕਿ ਤੁਸੀਂ ਬਹੁਤ ਸੋਹਣਾ ਵਜਾਉਂਦੇ ਹੋ ਔਰ ਇਸ ਦੀ ਪ੍ਰੋਪਰ ਟ੍ਰੇਨਿੰਗ ਤੁਹਾਨੂੰ ਸਕੂਲ ਚੋਂ ਹੀ ਲਈ ਕਿ ਤੁਸੀਂ ਪ੍ਰਾਈਵੇਟ ਕੋਚਿੰਗ ਵੀ ਗਏ ਹੋ ਜਿਹੜੀ ਬੇਸਿਕ ਟ੍ਰੇਨਿੰਗ ਸੀ ਆਫ ਮਿਊਜ਼ਿਕ ਉਹ ਸਕੂਲ ਤੋਂ ਲਈ ਸੀਗੀ ਤੇ ਜਿਹੜੇ ਗਾਣੇ ਲਾਈਕ ਹਿੰਦੀ ਸੌਂਗਸ ਆਈ ਪ੍ਰੈਕਟਿਸ ਦੋਸ ਮਾਈਸੈਲਫ ਐਂਡ ਲਰਨ ਟੂ ਮਾਈਸੈਲਫ ਸੋ ਦੇਰ ਇਜ਼ ਨੋ ਪਾਰਟਿਕੂਲਰ ਗੁਰੂ ਕੋਈ ਐਸਾ ਕੋਈ ਟੀਚਰ ਨਹੀਂ ਹੈ ਤੁਹਾਡਾ ਜਿਹਦੇ ਕੋਲੋਂ ਤੁਸੀਂ ਸਪੈਸ਼ਲ ਟ੍ਰੇਨਿੰਗ ਇਹਨਾਂ ਸੌਂਗਸ ਵਾਸਤੇ ਲਈ ਨਹੀਂ ਜਸਟ blessings of God. But your dad is a multi-talented person. Yeah, my dad, he plays a lot of instruments and he's very musical. Oh, really? Yeah. Unna no aunde hai sare kafi instruments aunde ne? Yeah, congas, electric drums, harmonium. So, to tuhade source of inspiration oh vi hage ne? Haan ji, mere daddy te meri dadi ji, she sings songs. So, tuhade naal hi dende hai? Well, she's in India. Achha, jad utthe si. ਬਹੁਤ ਵਧੀਆ ਬਹੁਤ ਮਿਹਰਬਾਨੀ ਸ਼ੁਭਮ ਥੈਂਕ ਯੂ ਵੈਰੀ ਮੱਚ ਫੋਰ ਬੀਇੰਗ ਵਿਦ ਅਸ ਟੁਡੇ ਐਂਡ ਯੂ ਹੈਵ ਮੇਡ ਦਾ ਡੇ ਸਾਡੇ ਵਾਸਤੇ ਤਾਂ ਵਧੀਆ ਹੋਇਆ ਕਿਉਂਕਿ ਅਸੀਂ ਉਹ ਕੈਨੇਡਾ ਸਾਡਾ ਨੈਸ਼ਨਲ ਐਂਥਮ ਤਾਂ ਅਸੀਂ ਚਲਾਉਣਾ ਹੀ ਸੀ ਪਰ ਇਟਸ ਰੀਅਲੀ ਗੁੱਡ ਕਿ ਤੁਸੀਂ ਸਾਡੇ ਨਾਲ ਸ਼ਾਮਿਲ ਹੋਏ ਹੋ ਤੁਸੀਂ ਆਪਣੀ ਧੁਨ ਨਾਲ ਸਾਡੇ ਦਿਨ ਦੀ ਸ਼ੁਰੂਆਤ ਕੀਤੀ ਥੈਂਕ ਯੂ ਵੈਰੀ ਮੱਚ ਥੈਂਕ ਯੂ ਅੰਕਲ ਜੀ ਸੋ ਨਾਈਸ